100% ਲੋਕਾਂ ਨੂੰ ਪਸੰਦ ਆਊਗੀ। ਇੱਕ ਤਾਂ ਜਿਹੜੀ ਇਨ ਕੈਮਿਸਟਰੀ ਹੈਗੀ ਆ ਨੀਰੂ ਅਤੇ ਸਰਤਾਜ ਹੋਣਾ ਦੀ, ਉਹ ਪਹਿਲਾਂ ਲੋਕਾਂ ਨੇ ਇੰਨੀ ਪਸੰਦ ਕੀਤੀ ਕਲੀ ਚੋਟਾ ਦੇ ਵਿੱਚ, ਅਤੇ ਉਹਦੇ ਤੋਂ ਬਾਅਦ ਇਹ ਦੂਜੀ ਫਿਲਮ ਹੈ ਕਲੀ ਚੋਟਾ ਤੋਂ ਬਾਅਦ। ਸੋ ਲੋਕਾਂ ਨੂੰ ਬਹੁਤ ਐਕਸਾਈਟਮੈਂਟ ਹੈ ਐਕਟਿੰਗ ਬਾਰੇ ਸੁਣ ਕੇ, ਅਤੇ ਉਹਦੇ ਤੋਂ ਬਾਅਦ ਫਿਰ ਸਕਰੀਨ ਟੈਸਟ ਲੈ ਕੇ ਫਿਰ ਫਿਲਮ 'ਚ ਲਿਆ। ਸੋ ਇਹ ਮੈਨੂੰ ਚੰਗੀ ਗੱਲ ਲੱਗ ਰਹੀ ਹੈ ਕਿ ਐਕਟਿੰਗ ਕਰਕੇ ਫਿਲਮ 'ਚ ਲਿਆ। ਮੈਂ ਪਲੱਸ ਟੂ ਤੋਂ ਬਾਅਦ ਪੜ੍ਹਿਆ ਨਹੀਂ ਸੀ, ਮੈਂ ਨਾ ਕਾਲਜ ਗਿਆ ਨਾ ਮੈਂ ਅੱਗੇ ਪੜ੍ਹਿਆ, ਤਾਂ ਮੈਨੂੰ ਲੱਗਦਾ ਸੀਗਾ ਕਿ ਮੈਂ ਮਿਸ ਕਰਨਾ ਆਪਣੀ ਕਾਲਜ ਲਾਈਫ ਨੂੰ ਜਾਂ ਯੂਨੀਵਰਸਿਟੀ ਨੂੰ। ਅਤੇ ਹੁਣ ਮੈਨੂੰ ਪਿੱਛੇ ਜੇ ਲੱਗਿਆ ਸੀਗਾ ਕਿ ਸ਼ਾਇਦ ਮੇਰੇ ਕੋਲ ਟਾਈਮ ਹੈਗਾ, ਮੈਂ ਉਹ ਐਕਸਪੀਰੀਅੰਸ ਕਰ ਸਕਦਾ, ਤਾਂ ਫਿਰ ਮੈਂ ਐਡਮਿਸ਼ਨ ਲਈ ਯੂਨੀਵਰਸਿਟੀ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਪਲੱਸ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਆਕਾਂਕਸ਼ਾ ਸੋਡੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ, ਚੰਗੇ ਹੋਵੋਗੇ। ਅਤੇ ਸਤਿੰਦਰ ਸਰਤਾਜ ਜੀ ਦੇ ਅਤੇ ਨੀਰੂ ਬਾਜਵਾ ਜੀ ਦੇ ਜਿਹੜੇ ਫੈਨਸ ਨੇ ਨਾ, ਮੈਨੂੰ ਲੱਗਦਾ 19 ਅਪ੍ਰੈਲ ਨੂੰ ਉਹਨਾਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ, ਕਿਉਂਕਿ ਸ਼ਾਇਰ ਆ ਰਹੀ ਹੈ ਜੀ 19 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ। ਅਤੇ ਸਾਡੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਐਸੇ ਗਾਣੇ ਆ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਦਿੱਤਾ, ਉਹਨਾਂ ਦੇ ਪਿੱਛੇ ਜਿਸ ਇਨਸਾਨ ਦਾ ਹੱਥ ਹੈ, ਬੰਟੀ ਬੈਂਸ ਜੀ ਸਾਡੇ ਨਾਲ ਜੁੜ ਗਏ ਨੇ, ਜਿਹੜੇ ਇਸ ਵਾਰ ਤੁਹਾਨੂੰ ਇੱਕ ਨਵੇਂ ਅਵਤਾਰ ਦੇ ਵਿੱਚ ਐਜ਼ ਐਕਟਰ ਨਜ਼ਰ ਆਉਣਗੇ। ਸਤਿ ਸ਼੍ਰੀ ਅਕਾਲ ਬੰਟੀ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਪੰਜਾਬ ਪਲੱਸ 'ਤੇ ਬਹੁਤ ਬਹੁਤ ਸਵਾਗਤ ਹੈ, ਮੈਂ ਬਹੁਤ ਵਧੀਆ। ਸੋ ਸ਼ਾਇਰ ਆ ਰਿਹਾ ਜੀ 19 ਅਪ੍ਰੈਲ ਨੂੰ, ਐਂਡ ਨਵਾਂ ਅਵਤਾਰ ਤੁਹਾਡਾ ਦੇਖਣ ਨੂੰ ਮਿਲ ਰਿਹਾ ਫਿਲਮ ਦੇ ਵਿੱਚ, ਐਜ਼ ਐਨ ਐਕਟਰ ਤੁਸੀਂ ਆ ਰਹੇ ਹੋ, ਐਂਡ ਆਈ ਥਿੰਕ ਇਟਸ ਅ ਫਸਟ ਟਾਈਮ ਕਿ ਤੁਹਾਨੂੰ ਅਸੀਂ ਐਜ਼ ਐਨ ਐਕਟਰ ਦੇਖਾਂਗੇ। ਸੋ ਹਾਊ ਵਾਜ਼ ਦ ਐਕਸਪੀਰੀਅੰਸ ਐਂਡ ਕੀ ਕੈਰੇਕਟਰ ਹੈ? ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਕਿਹਾ ਨਵਾਂ ਅਵਤਾਰ, ਬਿਲਕੁਲ ਨਵਾਂ ਹੀ ਅਵਤਾਰ ਹੈ। ਉਹਦੇ 'ਚ ਬੰਟੀ ਬੈਂਸ ਤੁਹਾਨੂੰ ਬਿਲਕੁਲ ਨਹੀਂ ਦਿਸੂਗਾ। ਸੋ ਉਹਦੇ 'ਚ ਮੇਰਾ ਕਰੈਕਟਰ ਹੈ ਜਿਹੜਾ ਜੈਦਾ ਨਾਮ ਹੈ ਉਹਦਾ, ਜੈਦਾ ਹੀ ਦਿਸੂਗਾ। ਅਤੇ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਇਹ। ਤੁਸੀਂ ਵੀ ਜਦੋਂ ਸਾਰੇ ਫਿਲਮ ਦੇਖੋਗੇ 19 ਤਰੀਕ ਤੋਂ, ਅਤੇ ਤੁਸੀਂ ਵਧੀਆ ਐਕਸਪੀਰੀਅੰਸ ਕਰਕੇ ਆਓਗੇ ਥੀਏਟਰ 'ਚ। ਬਹੁਤ ਕਮਾਲ ਦਾ ਕੰਮ ਕੀਤਾ ਨੀਰੂ ਬਾਜਵਾ ਹੋਣਾਂ ਨੇ, ਸਤਿੰਦਰ ਸਰਤਾਜ ਹੋਣਾਂ ਨੇ, ਅਤੇ ਚੰਗਾ ਲੱਗੂਗਾ ਤੁਹਾਨੂੰ ਸਾਰਿਆਂ ਨੂੰ ਦੇਖ ਕੇ। ਤੁਸੀਂ ਉਹਦੇ ਵਿੱਚ ਪ੍ਰੈਸ ਕਾਨਫਰੰਸ ਕਾਮਨ ਬੈਡ ਦੇ ਵਿੱਚ ਕਹਿ ਰਹੇ ਸੀਗੇ ਕਿ ਤੁਹਾਨੂੰ ਪਹਿਲੇ ਬਿਲੀਵ ਨਹੀਂ ਹੋਇਆ ਵੀ, ਹੈ ਨਾ, ਵੀ ਮੇਰੇ ਨਾਲ, ਤੁਸੀਂ ਕਹਿ ਰਹੇ ਸੀਗੇ ਕਿ ਮੇਰੇ ਨਾਲ ਪਹਿਲੇ ਸਾਰਾ ਲਿਖਤੀ ਕਾਰਵਾਈ ਡਨ ਕਰ ਲਓ ਸਾਰੀ, ਅਤੇ ਮੈਨੂੰ ਯਕੀਨ ਜਾ ਹੋਵੇ। ਸੋ ਉਹ ਪਲੀਜ਼ ਐਕਸਪੀਰੀਅੰਸ ਦੱਸੋ ਕਿ ਕਿੱਦਾਂ ਸਕ੍ਰਿਪਟ ਪਹੁੰਚੀ ਤੁਹਾਡੇ ਤੱਕ, ਐਂਡ ਕਿਸ ਤਰੀਕੇ ਐਕਟਿੰਗ ਦੇ ਵਿੱਚ ਸ਼ੁਰੂਆਤ ਹੋਈ ਹੈ? ਕਿਉਂਕਿ ਅਸੀਂ ਰੋਜ਼ ਹੀ ਮਿਲਦੇ ਰਹਿੰਦੇ ਸੀ ਸੰਤੋਸ਼ ਭਾਜੀ ਨੂੰ, ਜਗਦੀਪ ਹੋਣਾ ਨੂੰ, ਬਾਕੀ ਹੋਰ ਕੰਮਾਂ ਲਈ, ਹੋਰ ਚੀਜ਼ਾਂ ਲਈ ਅਸੀਂ ਅਕਸਰ ਮਿਲਦੇ ਹੀ ਰਹਿੰਦੇ ਹਾਂ। ਅਤੇ ਜਦੋਂ ਉਹਨਾਂ ਨੇ ਇਹਦੇ ਲਈ ਮੈਨੂੰ ਕਿਹਾ, ਅਤੇ ਮੈਨੂੰ ਲੱਗਿਆ ਵੀ ਸ਼ਾਇਦ ਪਤਾ ਨਹੀਂ ਵੀ ਕਰਨਗੇ ਵੀ ਜਾਂ ਨਹੀਂ, ਮੈਂ ਯਾਰ ਤੁਸੀਂ ਹੁਣ ਮੈਨੂੰ ਦੱਸਤਾ ਕਿ ਨੀਰੂ ਬਾਜਵਾ ਮੈਮ ਉਹਨਾਂ ਨਾਲ ਹੈ, ਅਤੇ ਤੁਸੀਂ ਮੁੱਕਰ ਨਾ ਜਾਇਓ, ਮੈਂ ਮੇਰੇ ਨਾਲ ਲਿਖਤ ਪੜ੍ਹਤ ਕਰ ਲਓ ਤੁਸੀਂ। ਸੋ ਇਹ ਜਿਹੜਾ ਸੀਗਾ, ਮੈਂ ਇਹ ਇਹਦੀ ਜਦੋਂ ਇਹ ਗੱਲ ਹੋਈ ਫਿਲਮ ਸ਼ੁਰੂ ਕਰਨ ਤੋਂ 1.5 ਮਹੀਨਾ ਪਹਿਲੇ, ਮੈਂ ਇੱਕ ਐਕਟਿੰਗ ਵਰਕਸ਼ਾਪ ਅਟੈਂਡ ਕੀਤੀ ਸੀ। ਸੋ ਉਹ 3 ਕੁ ਦਿਨ ਦੀ ਵਰਕਸ਼ਾਪ ਸੀ, ਉਹਦੇ 'ਚ 3ਜੇ ਕੁ ਦਿਨ ਇੱਕ ਸੀਨ ਕੀਤਾ ਸੀਗਾ ਤਾਨੀਆ ਉਹਨਾਂ ਨਾਲ। ਸੋ ਉੱਥੇ ਹੀ ਸਿਮਰਨ ਚਾਹਲ ਹੋਣੀ ਇੱਕ ਐਕਟਰਸ ਨੇ, ਉਹਨਾਂ ਨੇ ਵੀ ਅਟੈਂਡ ਕੀਤੀ ਸੀ ਉਹ, ਅਤੇ ਉਹਦੇ ਤੋਂ ਜਗਦੀਪ ਵੜਿੰਗ ਹੋਣਾਂ ਨੂੰ ਉਹਨਾਂ ਨੇ ਕਿਹਾ, ਜਦੋਂ ਇਹ ਕਿਤੇ ਆਪਸ 'ਚ ਡਿਸਕਸ ਕਰ ਰਹੇ ਸੀ ਵੀ ਆਹ ਕਰੈਕਟਰ ਨੇ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਬੰਟੀ ਹੋਣਾਂ ਨੂੰ ਕਿਉਂ ਨਹੀਂ ਲੈਂਦੇ ਇਹਦੇ ਲਈ? ਉਹ ਕਹਿੰਦੇ ਨਹੀਂ, ਉਹ ਤਾਂ ਨਾਲ ਹੀ ਹੁੰਦੇ ਨੇ ਆਪਣੇ, ਆਪਾਂ ਸੋਚਿਆ ਨਹੀਂ ਉਹਨਾਂ ਨੂੰ। ਕਿਤੇ ਕਹਿੰਦੇ ਨਹੀਂ, ਉਹਨਾਂ ਨੇ ਉਸ ਉੱਥੇ ਬੜਾ ਵਧੀਆ ਪਰਫੋਰਮ ਕੀਤਾ, ਤੁਸੀਂ ਉਹਨਾਂ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਲਓ। ਤਾਂ ਮੈਨੂੰ ਇਸ ਕਰਕੇ ਨਹੀਂ ਇਸ ਫਿਲਮ 'ਚ ਲਿਆ ਕਿ ਇਹ ਸਾਡੀ ਜਾਣ ਪਛਾਣ ਦੇ ਨੇ ਜਾਂ ਬੰਟੀ ਬੈਂਸ ਨੂੰ ਫਿਲਮ 'ਚ ਲੈਣਾ। ਸੋ ਉਹਨਾਂ ਨੇ ਉਹ ਐਕਟਿੰਗ ਬਾਰੇ ਸੁਣ ਕੇ, ਅਤੇ ਉਹਦੇ ਤੋਂ ਬਾਅਦ ਫਿਰ ਸਕਰੀਨ ਟੈਸਟ ਲੈ ਕੇ ਫਿਰ ਫਿਲਮ 'ਚ ਲਿਆ। ਸੋ ਇਹ ਮੈਨੂੰ ਚੰਗੀ ਗੱਲ ਲੱਗ ਰਹੀ ਹੈ ਕਿ ਐਕਟਿੰਗ ਕਰਕੇ ਫਿਲਮ 'ਚ ਲਿਆ ਗਿਆ ਮੈਨੂੰ। ਇਸ ਤਰ੍ਹਾਂ ਤੁਸੀਂ ਉਹ ਐਕਸਪੀਰੀਅੰਸ ਦੱਸ ਰਹੇ ਸੀ ਕਿ ਤੁਹਾਨੂੰ ਬਿਲੀਵ ਨਹੀਂ ਹੋ ਰਿਹਾ ਸੀ, ਐਂਡ ਬਾਰ ਬਾਰ ਤੁਸੀਂ ਉਹਨਾਂ ਨੂੰ ਮੈਸੇਜ ਕਰਕੇ ਗਿਆ, ਉਹ ਪਲੀਜ਼ ਥੋੜ੍ਹਾ ਸਾਂਝਾ ਕਰੋ, ਬਿਕੋਜ਼ ਉੱਥੇ ਬਹੁਤ ਤੁਸੀਂ ਸ਼ੋਰਟ ਜਿਹੇ 'ਚ ਦੱਸ ਗਏ, ਬਟ ਗੱਲ ਬੜੀ ਫਨੀ ਸੀਗੀ।
ਜਗਦੀਪ ਹੋਣਾ ਨੇ, ਸੰਤੋਸ਼ ਭਾਅ ਜੀ ਨੇ ਜਦੋਂ ਮੈਨੂੰ ਕਿਹਾ ਕਿ ਆਪਾਂ ਮਿਲਣਾ ਕਿਸੇ ਕੰਮ ਲਈ, ਜ਼ਰੂਰੀ ਲਈ, ਸੋ ਮੈਨੂੰ ਲੱਗਿਆ ਕੋਈ ਹੋਰ ਕੰਮ ਹੋਊਗਾ। ਜਦੋਂ ਮੈਨੂੰ ਮਿਲੇ ਤਾਂ ਮੈਂ ਕਾਹਲੀ 'ਚ ਸੀਗਾ, ਯੂਨੀਵਰਸਿਟੀ ਜਾ ਰਿਹਾ ਸੀ ਆਪਣੀ ਉਰਦੂ ਦੀ ਕਲਾਸ ਅਟੈਂਡ ਕਰਨ, ਮੋਹਾਲੀ ਔਫਿਸ ਤੋਂ ਨਿਕਲਿਆ। ਮੈਂ ਉਹਨਾਂ ਨੂੰ ਕਿਹਾ ਤੁਸੀਂ ਕਾਰ 'ਚ ਨਾਲ ਹੀ ਬੈਠ ਜਾਓ, ਉੱਥੋਂ ਵਾਪਸ ਆ ਜਾਇਓ, ਆਪਾਂ ਜਾਂਦੇ ਜਾਂਦੇ ਗੱਲ ਕਰ ਲੈਂਦੇ ਹਾਂ। ਅਤੇ ਜਾਂਦੇ ਜਾਂਦੇ ਉਹਨਾਂ ਨੇ ਦੱਸਿਆ ਕਿ ਫਿਲਮ ਦਾ ਤਾਂ ਮੈਨੂੰ ਪਤਾ ਸੀ ਕਿ ਸ਼ਾਇਰ ਹੋ ਰਹੀ ਆ, ਉਹ ਕਹਿੰਦੇ ਇਹਦੇ 'ਚ ਇਹ ਕਰੈਕਟਰ ਹੈ ਇੱਦਾਂ 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 ਕਰਕੇ, ਅਤੇ ਆਪਾਂ ਸੋਚਦੇ ਹਾਂ ਵੀ ਤੁਸੀਂ ਕਰੋ। ਅਤੇ ਮੈਂ ਸੁਣਦਾ ਗਿਆ ਸਾਰੀ ਗੱਲ, ਅਤੇ ਉੱਥੇ ਯੂਨੀਵਰਸਿਟੀ ਪਹੁੰਚ ਕੇ ਸਾਡੇ ਡਿਪਾਰਟਮੈਂਟ ਦੇ ਹੇਠਾਂ, ਅਤੇ ਉਹਨਾਂ ਨੇ ਵਾਪਸ ਮੁੜ ਕੇ ਆਉਣਾ ਸੀ, ਮੈਂ ਕਲਾਸ ਲਾਉਣ ਜਾਣਾ ਸੀ। ਅਤੇ ਮੈਂ ਉਹਨਾਂ ਨੂੰ ਕਿਹਾ ਯਾਰ ਇਹ ਤੁਸੀਂ ਸੱਚੀ ਕਹਿ ਰਹੇ ਹੋ, ਅਤੇ ਮੈਂ 100% ਕਰਨਾ ਚਾਹੁੰਦਾ ਇਹ ਕਰੈਕਟਰ। ਅਤੇ ਉਹ ਕਹਿੰਦੇ ਚਲੋ ਠੀਕ ਆ, ਆਪਾਂ ਦੱਸਦੇ ਹਾਂ ਤੁਹਾਨੂੰ। ਉਹ ਤੋਂ ਬਾਅਦ ਫਿਰ ਮੈਂ ਕਲਾਸ ਲਾਈ ਘੰਟੇ ਕੁ ਦੀ, ਤਾਂ ਮੇਰਾ ਧਿਆਨ ਪੂਰਾ ਇਸ ਗੱਲ 'ਚ ਹੀ ਰਿਹਾ। ਉਹ ਤੋਂ ਬਾਅਦ ਫਿਰ ਮੈਂ ਫੋਨ ਕਰਕੇ ਕਿਹਾ, ਮੈਂ ਯਾਰ ਤੁਸੀਂ ਇੱਦਾਂ ਨਾ ਕਰੋ ਵੀ ਤੁਸੀਂ ਮੇਰੇ ਨਾਲ ਲਿਖਤ ਪੜ੍ਹਤ ਕਰ ਲਓ, ਹੁਣ ਮੈਨੂੰ ਤੁਸੀਂ ਸੁਪਨਾ ਜਿਹਾ ਦਿਖਾ ਤਾ, ਇਹ ਨਾ ਹੋਵੇ ਤੁਸੀਂ ਕਿਤੇ ਮੁੱਕਰ ਜਾਓ, ਕਿਸੇ ਹੋਰ ਨੂੰ ਲੈ ਲਓ। ਕਿਉਂਕਿ ਨਾਲ ਨਾਲ ਉਹਨਾਂ ਨੇ ਮੈਨੂੰ ਦੱਸਿਆ ਵੀ ਕਿ ਇਹ ਕਰੈਕਟਰ ਲਈ ਆਪਾਂ ਫਲਾਣੇ ਬੰਦੇ ਨੂੰ ਵੀ ਸੋਚਿਆ, ਫਲਾਣੇ ਨੂੰ ਵੀ ਸੋਚਿਆ, ਫਲਾਣੇ ਨੂੰ ਵੀ ਸੋਚਿਆ। ਅਤੇ ਉਹ ਜਿਹੜੇ ਬੰਦਿਆਂ ਦੇ ਨਾਂ ਲਏ ਨਾ ਉਹਨਾਂ ਨੇ, ਅਤੇ ਉਹ ਬਹੁਤ ਖਤਰਨਾਕ ਐਕਟਰ ਸੀਗੇ, ਜਿਵੇਂ ਸੈਮੂਅਲ ਜੌਹਨ ਹੋਣਾ ਬਾਰੇ ਕਿਹਾ ਜਗਦੀਪ ਹੋਣਾ ਨੇ ਕਿ ਉਹਨਾਂ ਨੂੰ ਸੋਚਿਆ ਹੋਇਆ ਆਪਾਂ ਉਹਨਾਂ ਨੂੰ ਲੈਣਾ ਇਹ ਕਰੈਕਟਰ ਲਈ। ਅਤੇ ਮੈਨੂੰ ਲੱਗਿਆ ਵੀ ਜੇ ਇਹਨਾਂ ਨੇ ਉਹ ਸੋਚਿਆ ਹੋਇਆ ਮੈਨੂੰ ਤਾਂ ਲੈਣਗੇ ਨਹੀਂ ਇਹ, ਹੁਣ ਵੀ ਐਵੇਂ ਮੈਨੂੰ ਕਹਿ ਕੇ ਛੇੜ ਜੇ ਗਏ ਨੇ ਇਹ। ਅਤੇ ਤਾਂ ਫਿਰ ਮੈਂ ਕਿਹਾ ਮੈਂ ਯਾਰ ਤੁਸੀਂ ਮੇਰੇ ਨਾਲ ਲਿਖਤ ਪੜ੍ਹਤ ਕਰੋ ਵੀ ਇੱਦਾਂ ਨਹੀਂ, ਹੁਣ ਤੁਸੀਂ ਮੈਨੂੰ ਚਾਅ ਜਿਹਾ ਚੜ੍ਹਾ ਤਾ। ਉਹ ਕਹਿੰਦੇ ਨਹੀਂ ਉਹਦੇ ਨੇ ਆਉਣਾ ਡਾਇਰੈਕਟਰ ਨੇ ਜਿਹੜੇ ਫਿਲਮ ਦੇ 3 ਕੁ ਦਿਨਾਂ ਤੱਕ, ਵੀ ਉਹ ਇੱਕ ਵਾਰੀ ਫਾਈਨਲ ਕਰ ਦੇਵੇ ਫਿਰ ਆਪਾਂ ਤੁਹਾਨੂੰ ਫਾਈਨਲ ਦੱਸ ਦਿੰਦੇ ਹਾਂ। ਤਾਂ ਉਹ ਫਿਰ 3 ਦਿਨ ਮੈਂ ਵੇਟ ਕਰਦਾ ਰਿਹਾ, ਫਿਰ ਉਹਦੇ ਹੁਣੀ ਆਏ। ਉਹਦੇ ਹੁਣਾਂ ਨੇ ਕਿਹਾ ਕਿ ਮੈਂ ਇੱਕ ਵਾਰੀ ਤੁਹਾਨੂੰ ਮਿਲਣਾ ਚਾਹੁੰਦਾ, ਆਪਾਂ ਮਿਲ ਕੇ ਫਿਰ ਫਾਈਨਲ ਕਰਾਂਗੇ। ਫਿਰ ਉਹਦੇ ਹੁਣਾਂ ਨੂੰ ਮਿਲੇ ਆਪਾਂ, ਅਤੇ ਮਿਲਣ ਤੋਂ ਬਾਅਦ ਫਿਰ ਮੈਨੂੰ ਸੰਤੋਸ਼ ਭਾਅ ਜੀ ਨੇ ਫੋਨ ਕਰਕੇ ਕਿਹਾ ਅਗਲੇ ਦਿਨ ਕਿ ਇਹ ਆਪਾਂ ਕਰ ਰਹੇ ਹਾਂ ਫਿਲਮ। ਫਿਰ ਮੈਨੂੰ ਥੋੜ੍ਹਾ ਜਿਹਾ ਯਕੀਨ ਹੋਇਆ ਕਿ ਹਾਂ, ਫਿਰ ਰੋਟੀ ਲੰਘੀ ਹੋਣੀ ਅੰਦਰ ਸ਼ਾਂਤੀ ਨਾਲ ਲੈਣਾ। ਫਿਰ ਵੀ ਮੈਂ ਕਿਹਾ ਸੰਤੋਸ਼ ਭਾਅ ਜੀ ਨੂੰ, ਮੈਂ ਭਾਅ ਜੀ ਇੱਕ ਵਾਰੀ ਤੁਸੀਂ ਜਗਦੀਪ ਉਹਨਾਂ ਨੂੰ ਵੀ, ਮੈਂ ਯਾਰ ਜੇ ਕੋਈ ਹੋਰ ਵੀ ਰਹਿੰਦਾ ਉਹਨਾਂ ਨੂੰ ਵੀ ਸਾਰਿਆਂ ਨੂੰ ਪੁੱਛ ਲਓ। ਕਹਿੰਦੇ ਨਹੀਂ 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 ਫਾਈਨਲ ਆ ਆਪਾਂ ਕਰ ਰਹੇ ਹਾਂ। ਅੱਛਾ, ਸੋ ਐਕਟਿੰਗ ਤੁਸੀਂ ਮੈਨੂੰ, ਤੁਸੀਂ ਉਹਨੇ ਦੱਸ ਰਹੇ ਸੀ ਕਿ ਐਕਟਿੰਗ ਬਾਰੇ ਤਾਂ ਗੱਲ ਕਰਾਂਗੇ, ਲੇਕਿਨ ਇੱਕ ਚੀਜ਼ ਤੁਸੀਂ ਦੱਸ, ਉਰਦੂ ਦੀ ਕਲਾਸਿਸ ਲੈ ਰਹੇ ਹੋ ਤੁਸੀਂ, ਅਤੇ ਉਹ ਮਤਲਬ ਕਾਫੀ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਜਾਂ ਆਪਣੇ ਕੰਮ ਨੂੰ ਹੋਰ ਥੋੜ੍ਹਾ ਵਧੀਆ ਕਰਨ ਲਈ ਇੱਕ ਲੈਂਗੁਏਜ ਦੀ ਹੋਰ ਕਮਾਂਡ ਸਿੱਖ ਰਹੇ ਹੋ? ਉਰਦੂ ਸਿੱਖਣ ਦਾ ਕਿਸ ਤਰ੍ਹਾਂ ਸਬੱਬ ਬਣ ਗਿਆ? ਮੈਂ ਪਲੱਸ ਟੂ ਤੋਂ ਬਾਅਦ ਪੜ੍ਹਿਆ ਨਹੀਂ ਸੀ, ਮੈਂ ਨਾ ਕਾਲਜ ਗਿਆ ਨਾ ਮੈਂ ਅੱਗੇ ਪੜ੍ਹਿਆ। ਤਾਂ ਮੈਨੂੰ ਲੱਗਦਾ ਸੀਗਾ ਕਿ ਮੈਂ ਮਿਸ ਕਰਦਾ ਆਪਣੀ ਕਾਲਜ ਲਾਈਫ ਨੂੰ ਜਾਂ ਯੂਨੀਵਰਸਿਟੀ ਨੂੰ। ਅਤੇ ਹੁਣ ਮੈਨੂੰ ਪਿੱਛੇ ਜੇ ਲੱਗਿਆ ਸੀਗਾ ਕਿ ਸ਼ਾਇਦ ਮੇਰੇ ਕੋਲ ਟਾਈਮ ਹੈਗਾ, ਮੈਂ ਉਹ ਐਕਸਪੀਰੀਅੰਸ ਕਰ ਸਕਦਾ, ਤਾਂ ਫਿਰ ਮੈਂ ਐਡਮਿਸ਼ਨ ਲਈ ਯੂਨੀਵਰਸਿਟੀ। ਉਰਦੂ ਦੀ ਕਲਾਸ ਸੀ ਕਿ ਉਰਦੂ ਹੀ ਸਿੱਖਣੀ, ਮਤਲਬ ਕੁਛ ਹੋਰ, ਮਤਲਬ ਕੋਈ ਹੋਰ ਚਾਹ ਨਹੀਂ ਸੀ? ਉਹਦੇ 'ਚ ਇਹ ਸੀਗਾ ਕਿ ਮੈਨੂੰ ਵਧੀਆ ਲੱਗਦੀ ਸੀ ਉਰਦੂ ਪਹਿਲੇ ਤੋਂ ਹੀ, ਇਹ ਸੋਚ ਕੇ ਸੁਣ ਕੇ ਵਧੀਆ ਲੱਗਦਾ ਸੀਗਾ। ਅਤੇ ਉਰਦੂ ਦੀਆਂ ਕਈ ਸ਼ਾਇਰੀ ਦੀਆਂ ਕਿਤਾਬਾਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖੇ ਬਿਨਾਂ ਪੜ੍ਹ ਨਹੀਂ ਸਕਦੇ ਆਪਾਂ, ਅਤੇ ਜਿਹੜੀ ਉਹ ਸ਼ਬਦਾਵਲੀ ਹੈ ਅਤੇ ਉਹ ਵਧੀਆ ਲੱਗਦੀ ਹੈ ਮੈਨੂੰ, ਤਾਂ ਉਹਦੇ ਕਰਕੇ ਫਿਰ ਮੈਨੂੰ ਸਿੱਖੇ ਮੈਂ ਸਿੱਖਾਂ। ਹੁਣ ਕੋਈ ਵੈਸੇ ਅੱਜ ਸ਼ਾਇਰ ਦੀ ਗੱਲ ਹੋ ਰਹੀ ਹੈ ਤਾਂ ਆਫਕੋਰਸ ਤੁਹਾਡੀ ਲਿਖਤ ਅਸੀਂ ਸਾਰੇ ਫੈਨ ਦਾ ਹੈ ਨਾ, ਤੁਹਾਡੇ ਗਾਣਿਆਂ ਨੂੰ ਜਿੰਨੇ ਵਿੱਚ ਜਿਹਦੇ ਵਿੱਚ ਤੁਸੀਂ ਲਿਰਿਕਸ ਦਿੱਤੇ ਆ, ਉਸ ਤੋਂ ਬਾਅਦ ਮਿਊਜ਼ਿਕ ਐਂਡ ਆਲ ਦੈਟ, ਮਤਲਬ ਗਾਣੇ ਮੈਂ ਹੁਣ ਜਿਵੇਂ ਕਿਹਾ ਕਿ ਬਹੁਤ ਸਾਰੇ ਪੰਜਾਬੀ ਇੰਡਸਟਰੀ ਤੁਸੀਂ ਗਾਣੇ ਦਿੱਤੇ ਆ, ਹੁਣ ਤੁਸੀਂ ਉਰਦੂ ਵੀ ਸਿੱਖ ਰਹੇ ਹੋ, ਤਾਂ ਹੁਣ ਸ਼ਾਇਰੀ ਵੀ ਸੁਣਨ ਨੂੰ ਮਿਲੂਗੀ ਬੰਟੀ ਬੈਂਸ ਜੀ ਤੋਂ? ਸਾਨੂੰ ਨਹੀਂ ਇੱਦਾਂ ਦਾ ਕੁਛ ਸੋਚਿਆ ਨਹੀਂ, ਅਤੇ ਪਰ ਇਹ ਆਪਣੇ ਆਪ ਹੀ ਹੋ ਜਾਂਦੀਆਂ ਹੁੰਦੀਆਂ ਨੇ ਚੀਜ਼ਾਂ, ਅਤੇ ਹੋ ਸਕਦਾ ਅੱਗੇ ਜਾ ਕੇ। ਸੋ ਬੰਦੇ ਨੂੰ ਆਪਣੇ ਆਪ ਵੀ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਜਾਣਾ। ਜਿਵੇਂ ਮੈਂ ਸੋਚਿਆ ਨਹੀਂ ਸੀ ਐਕਟਿੰਗ ਕਰਨੀ ਹੈ, ਭਾਵੇਂ ਇਹ ਫਿਲਮ 'ਚ ਭਾਵੇਂ ਥੋੜ੍ਹੀ ਜਿਹੀ ਕੀਤੀ ਹੈ, ਪਰ ਸੋਚਿਆ ਨਹੀਂ ਸੀਗਾ। ਸੋ ਇਹ ਆਪਣੇ ਆਪ ਹੀ ਚੀਜ਼ਾਂ ਨਾਲ ਨਾਲ ਹੁੰਦੀਆਂ ਰਹਿੰਦੀਆਂ ਨੇ। ਅਤੇ ਪੋਇਟਰੀ ਜਾਂ ਕੋਈ ਸ਼ਾਇਰੀ ਕੁਛ ਯਾਦ ਹੈ? ਪਲੀਜ਼ ਕੁਛ ਤਾਂ, ਦੋ ਲਾਈਨਸ ਕੁਛ ਤਾਂ ਬੋਲੋ। ਨਹੀਂ ਨਹੀਂ ਨਹੀਂ, ਉਹ ਤੁਸੀਂ ਪੜ੍ਹ ਰਹੇ ਹੋ ਉਰਦੂ, ਮੈਨੂੰ
ਚਸਕਾ ਜਿਹਾ ਪੈ ਗਿਆ ਸੁਣਨ ਦਾ। ਕੋਈ ਨਹੀਂ ਕੋਈ ਨਹੀਂ, ਉਹ ਜਿਵੇਂ ਜਿਵੇਂ ਹੁਣ ਤੁਸੀਂ ਕਿਹਾ ਤਾਂ ਇਹਦੇ ਤੋਂ ਹੁਣ ਮੇਰੇ ਦਿਮਾਗ 'ਚ ਆ ਗਿਆ ਕਿ ਉੱਦਾਂ ਦਾ ਮੈਂ ਕੁਛ ਕਰੂੰਗਾ। ਹਾਂਜੀ ਓਕੇ, ਸੋ 19 ਅਪ੍ਰੈਲ ਨੂੰ 2024 ਸ਼ਾਇਰ ਆ ਰਹੀ ਹੈ, ਕਿੰਨੀ ਹੋਪਸ ਹੈ ਇਸ ਫਿਲਮ ਤੋਂ? ਬਿਕੋਜ਼ ਕਲੀ ਜੋਟਾ ਇਹਨਾਂ ਦੀ ਜਦੋਂ ਸਤਿੰਦਰ ਜੀ ਦੀ ਅਤੇ ਨੀਰੂ ਮੈਮ ਦੀ ਆਈ ਸੀ ਇਸ ਤੋਂ ਪਹਿਲੇ, ਕਿੰਨੀ ਬਲੋਕਬਸਟਰ ਹਿੱਟ ਗਈ ਐਂਡ ਇੱਕਦਮ ਟੋਟਲੀ ਉਹ ਇੱਕ ਅਲੱਗ ਕੋਨਸੈਪਟ ਸੀਗਾ, ਇਹ ਅਲੱਗ ਕੋਨਸੈਪਟ ਹੈ। ਸੋ ਐਜ਼ ਐਨ ਆਰਟਿਸਟ ਔਫਕੋਰਸ ਤੁਸੀਂ ਮਤਲਬ ਹੰਡੇ ਹੋਏ ਹੋਏ ਨਾ ਇਸ ਫੀਲਡ ਦੇ ਵਿੱਚ, ਬਹੁਤ ਪੁਰਾਣੇ ਹੋ, ਐਕਸਪੀਰੀਅੰਸਡ ਹੋ। ਸੋ ਐਜ਼ ਐਨ ਆਰਟਿਸਟ ਤੁਹਾਨੂੰ ਕੀ ਲੱਗਦਾ ਕਿ ਇੱਕ ਫਿਲਮ ਸਿਨੇਮਾ ਕਰਨ ਦੇ ਵਿੱਚ ਕਿੰਨੀ ਕਿੰਨੀ ਖਿੱਚ ਜਾਏਗੀ ਔਰ ਕਿੰਨਾ ਕੁ ਲੋਕਾਂ ਨੂੰ ਪਸੰਦ ਆਏਗੀ? 100% ਲੋਕਾਂ ਨੂੰ ਪਸੰਦ ਆਊਗੀ। ਇੱਕ ਤਾਂ ਜਿਹੜੀ ਇਨ ਕੈਮਿਸਟਰੀ ਹੈਗੀ ਆ ਨੀਰੂ ਅਤੇ ਸਰਤਾਜ ਹੋਣਾ ਦੀ, ਉਹ ਪਹਿਲਾਂ ਲੋਕਾਂ ਨੇ ਇੰਨੀ ਪਸੰਦ ਕੀਤੀ ਕਲੀ ਜੋਟਾ ਦੇ ਵਿੱਚ, ਅਤੇ ਉਹਦੇ ਤੋਂ ਬਾਅਦ ਇਹ ਦੂਜੀ ਫਿਲਮ ਹੈ ਕਲੀ ਜੋਟਾ ਤੋਂ ਬਾਅਦ। ਸੋ ਲੋਕਾਂ ਨੂੰ ਬਹੁਤ ਐਕਸਾਈਟਮੈਂਟ ਹੈ, ਜਿੰਨੇ ਕੁ ਮੈਨੂੰ ਲੋਕ ਮਿਲਦੇ ਨੇ ਜਾਂ ਜਿੰਨੇ ਕੁ ਲੋਕਾਂ ਨਾਲ ਗੱਲ ਹੁੰਦੀ ਹੈ ਤਾਂ ਉਹ ਸਾਰੇ ਮਤਲਬ ਕੁਛ ਜਿੰਨਿਆਂ ਕੁ ਨੂੰ ਪਤਾ ਵੀ ਹੈ ਕਿ ਮੈਂ ਵੀ ਨਾਲ ਕੰਮ ਕੀਤਾ ਤਾਂ ਉਹ ਬਹੁਤ ਐਕਸਾਈਟਡ ਨੇ, ਅਤੇ ਚੰਗਾ ਹੀ ਲੱਗੂਗਾ, ਵਧੀਆ ਐਕਸਪੀਰੀਅੰਸ ਲੈ ਕੇ ਥੀਏਟਰ 'ਚੋਂ ਬਾਹਰ ਆਉਣਗੇ ਲੋਕ। ਬਹੁਤ ਸੋਹਣੀ ਕਹਾਣੀ, ਬਹੁਤ ਸੋਹਣਾ ਇੱਕ ਚੀਜ਼ ਦੇਖਣ ਨੂੰ ਮਿਲੂਗੀ। ਅਤੇ ਜਿੱਦ ਤੱਕ ਮੈਂ ਆਖਰੀ ਸਵਾਲ ਹੈ ਤੁਹਾਡੇ ਤੋਂ ਮੇਰਾ, ਕਿ ਜਿੱਦ ਤੱਕ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਬਾਰੇ ਸੁਣਿਆ ਹੈ, ਮੈਂ ਅੱਜ ਤੱਕ ਤੁਹਾਨੂੰ ਜਾਣਿਆ ਪ੍ਰੋਫੈਸ਼ਨਲੀ ਐਜ਼ ਐਨ ਆਰਟਿਸਟ, ਅਤੇ ਬੰਟੀ ਬੈਂਸ ਜੀ ਬਾਰੇ ਨਾ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਮਿਊਜ਼ਿਕ ਦਾ ਤਾਂ ਸ਼ੌਂਕ ਤਾਂ ਚਲੋ ਤੁਹਾਨੂੰ ਹੈ ਹੀ ਹੈ, ਵਧੀਆ ਵਧੀਆ ਆਰਟਿਸਟ ਬਣਾਉਣ ਦਾ ਨਾਲ ਨਾਲ ਮਿਲਦਾ ਤੁਹਾਨੂੰ ਕਾਰਸ ਦਾ, ਗੱਡੀਆਂ ਦਾ ਵੀ ਬਹੁਤ ਸ਼ੌਂਕ ਹੈ ਨਾ, ਅਤੇ ਇਹ ਉਸ ਤੋਂ ਇਲਾਵਾ ਕੀ ਹੋਰ ਚੀਜ਼ ਹੈ ਜਿਹੜੀ ਬਹੁਤ ਜ਼ਿੰਦਗੀ ਦੇ ਵਿੱਚ ਚਾਹ ਦਿੰਦੀ ਹੈ, ਖੁਸ਼ੀ ਦਿੰਦੀ ਹੈ ਬੰਟੀ ਬੈਂਸ ਨੂੰ? ਨਹੀਂ ਨਹੀਂ ਨਹੀਂ, ਕਾਰਾਂ ਗੱਡੀਆਂ ਦਾ ਹੁਣ ਨਹੀਂ ਹੈਗਾ ਜੀ, ਹੁਣ ਬਿਲਕੁਲ ਨਹੀਂ ਹੈਗਾ। ਉਹ ਮੈਨੂੰ ਇੱਕ ਥੋੜ੍ਹੇ ਜਿਹੇ ਟਾਈਮ ਲਈ ਸੀਗਾ, ਹਾਂਜੀ ਹਾਂਜੀ ਥੋੜ੍ਹੇ ਟਾਈਮ ਲਈ ਸੀਗਾ, ਪਰ ਹੁਣ ਬਿਲਕੁਲ ਨਹੀਂ ਆ। ਹੁਣ ਕਿਸ ਚੀਜ਼ ਦੀ ਐਸੇ ਚਾਅ ਚੜ ਜਾਂਦਾ ਜਿਸ ਚੀਜ਼ ਬਾਰੇ ਸੋਚ ਕੇ ਜਾਂ ਸੁਣ ਕੇ ਕਿ ਯਾਰ ਆਹ ਚੀਜ਼ ਐਕਸਪੀਰੀਅੰਸ ਕਰਨੀ ਇੱਕ ਵਾਰੀ, ਆਹ ਚੀਜ਼ ਖਰੀਦਣੀ ਹੈ, ਇੱਦਾਂ ਦੀ ਕੋਈ ਚੀਜ਼ ਹੈ? ਨਹੀਂ ਨਹੀਂ, ਹੁਣ ਤਾਂ ਨਵਾਂ ਮਿਊਜ਼ਿਕ, ਨਵੇਂ ਆਰਟਿਸਟ ਲਾਂਚ ਕਰ ਰਹੇ ਹਾਂਗੇ ਹੁਣੇ ਥੋੜ੍ਹੇ ਦਿਨਾਂ ਨੂੰ। ਬਸੰਤ ਕੌਰ ਇੱਕ ਆਰਟਿਸਟ ਹੈ ਸਾਡੀ, ਉਹਦੀ ਐਲਬਮ ਰਿਲੀਜ਼ ਕਰਨੀ ਹੈ। ਜੋਸ਼ ਬਰਾੜ ਹੈ ਸਾਡਾ ਆਰਟਿਸਟ, ਉਹਨੂੰ 20 ਤਰੀਕ ਨੂੰ ਆਪਾਂ ਬੋਂਬੇ ਇੱਕ ਲਾਈਵ ਕੰਸਰਟ ਤੋਂ ਉਹ ਪਰਫੋਰਮ ਕਰ ਰਿਹਾ, ਉਹਨੂੰ ਉਸ ਤਰੀਕੇ ਨਾਲ ਲਾਂਚ ਕਰ ਰਹੇ ਹਾਂ। ਸੋ ਇਹਨਾਂ ਚੀਜ਼ਾਂ ਦਾ ਚਾਅ ਹੈ ਹੁਣ, ਨਵਾਂ ਮਿਊਜ਼ਿਕ, ਨਵੇਂ ਆਰਟਿਸਟ। ਸੋ ਇਹ ਚੀਜ਼ਾਂ ਦਾ ਹਮੇਸ਼ਾ ਪਹਿਲੇ ਵੀ ਚਾਅ ਰਹਿੰਦਾ ਅਤੇ ਹੁਣ ਵੀ ਚਾਅ ਹੈ, ਬਹੁਤ ਐਕਸਾਈਟਮੈਂਟ ਹੈ ਨਵਾਂ ਮਿਊਜ਼ਿਕ ਜਿਹੜਾ ਰਿਲੀਜ਼ ਕਰਨਾ ਜਾਂ ਜਿਹੜਾ ਬਣਾਇਆ ਪਿਆ ਜਾਂ ਬਣਾ ਰਹੇ ਹਾਂ ਜਾਂ ਜਿਵੇਂ ਦਾ ਬਣਾਉਣਾ ਹੈ, ਉਹ ਵੀ ਸੋਚ ਕੇ ਕਿ ਅੱਛਾ ਇੱਦਾਂ ਦਾ ਹੁਣ, ਇੱਦਾਂ ਦੀ ਸਾਊਂਡ, ਇੱਦਾਂ ਦੇ ਲੋਕਾਂ ਨਾਲ ਅੱਗੇ ਕੰਮ ਕਰਨਾ। ਸੋ ਕਿਉਂਕਿ ਸਾਰੇ ਦੋਸਤ ਹੀ ਨੇ ਮੇਰੇ ਜਿੰਨੇ ਟੌਪ ਦੇ ਆਰਟਿਸਟ ਵੀ ਹੈਗੇ ਨੇ ਪੰਜਾਬੀ ਦੇ, ਸਾਰੇ ਦੋਸਤ ਹੀ ਨੇ। ਸੋ ਸਾਰਿਆਂ ਨਾਲ ਡਿਸਕਸ ਵੀ ਹੁੰਦਾ ਰਹਿੰਦਾ, ਸੋ ਉਹ ਵੀ ਸਲਾਹ ਦਿੰਦੇ ਰਹਿੰਦੇ ਨੇ ਕਈ ਵਾਰੀ ਕਿ ਭਾਅ ਜੀ ਤੁਸੀਂ ਇੱਦਾਂ ਦੀਆਂ ਚੀਜ਼ਾਂ ਕਰੋ, ਹੁਣ ਇੱਦਾਂ ਦੀਆਂ ਕਰੋ। ਸੋ ਉਹ ਚੀਜ਼ਾਂ ਟਰਾਈ ਕਰਨੀਆਂ ਨੇ ਹੁਣ, ਸੋ ਉਹਦਾ ਚਾਅ ਹੈ। ਸੋ ਮਚ ਐਂਡ ਵਿਸ਼ ਯੂ ਆਲ ਦਾ ਵੈਰੀ ਬੈਸਟ ਫੋਰ 19 ਅਪ੍ਰੈਲ ਅਤੇ ਸ਼ਾਇਰ ਲਈ, ਐਂਡ ਆਈ ਹੋਪ ਤੁਹਾਡੇ ਸਾਰੇ ਪ੍ਰੋਜੈਕਟ ਇਸ ਤਰ੍ਹਾਂ ਐਕਟਿੰਗ ਨੂੰ ਵੀ ਸਭ ਪਸੰਦ ਕਰਨ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਜਾਇਓ ਜੀ ਤੁਸੀਂ ਸਾਰੇ 19 ਅਪ੍ਰੈਲ ਨੂੰ ਸ਼ਾਇਰ ਵੇਖਣ। ਸੋ ਇਹ ਸੀ ਜੀ ਮੇਰੇ ਨਾਲ ਬੰਟੀ ਬੈਂਸ ਜੀ, 19 ਅਪ੍ਰੈਲ ਨੂੰ ਆ ਰਹੀ ਹੈ ਸ਼ਾਇਰ, ਤੁਸੀਂ ਪਲੀਜ਼ ਸਿਨੇਮਾਘਰਾਂ ਦੇ ਵਿੱਚ ਜਾ ਕੇ ਦੇਖਣੀ ਹੈ, ਬਿਕੋਜ਼ ਆਰਟਿਸਟ ਨੂੰ ਜਦੋਂ ਤੁਸੀਂ ਸਿਨੇਮਾਘਰ ਦੇ ਵਿੱਚ ਜਾ ਕੇ ਉਹਨਾਂ ਦੀ ਫਿਲਮ ਦੇਖਦੇ ਹੋ ਤਾਂ ਸ਼ਾਇਦ ਜ਼ਿਆਦਾ ਖੁਸ਼ੀ ਹੁੰਦੀ ਹੈ। ਟੀਵੀ 'ਤੇ ਜਦੋਂ ਫੋਨ 'ਤੇ ਆਉਣ ਦੀ ਨਾ ਵੇਟ ਕਰਿਓ, ਸਿਨੇਮਾਘਰ ਦੇ ਵਿੱਚ ਜਾ ਕੇ ਦੇਖਿਓ। ਕੈਮਰਾਮੈਨ ਸੁਨੀਲ ਦੇ ਨਾਲ ਮੈਂ ਆਕਾਂਕਸ਼ਾ ਸੋਢੀ, ਸਤਿ ਸ਼੍ਰੀ ਅਕਾਲ।